ਨੂੰ ਪਰਵਾਨ ਚੜਾ ਦੇ, ਫੈਸਲਾ ਏ ਸਭ ਕੋ ਸੁਣਾ ਦੇ, ਤਨਹਾਲਾ ਹੂੜੀ ਕਰ ਪਾਦੀ ਪੂਰੀ, ਚਲ ਮਾਰ ਕੇ ਪੰਜਾ ਉੜੀ ਦਾ ਫੁਰਸੇ, ਆਪਣੀ ਮੱਟੀ ਆਪਣਾ ਖੇ, ਗੁਜਰਾਤ ਡਾਕਟਰ ਹੁਰਮ ਸ਼ਹਿਜ਼ਾਦ, ਡੀਪੀਓ ਗੁਜਰਾਤ ਸੀਗੇ ਤੁਸੀਂ, ਫੈਦਰ ਏਸੀ ਮੁਹੰਮਦ ਜਮੀਲ, ਚੀਫ ਅਫੀਸਰ ਮਹਿਮੂਦ ਇਕਬਾਲ ਗੋਂਦਲ ਕੇ ਹਮਰਾ ਸਿਕਿਉਰਟੀ ਔਰ ਸਫਾਈ ਸੁਥਰਾਈ ਕੇ ਹਵਾਲੇ ਸੇ ਜਾਇਜ਼ਾ ਲਿਆ। ਜਿਸ ਬਾਰ ਡਿਪਟੀ ਕਮਿਸ਼ਨਰ ਗੁਜਰਾਤ ਡਾਕਟਰ ਹੁਰਮ ਸ਼ਹਿਜ਼ਾਦ ਨੇ ਕਿਹਾ ਕਿ ਤਮਾਮ ਤਰ ਤਿਆਰੀਓ ਕੋ ਹਤਮੀ ਸ਼ਕਲ ਦੀ ਜਾ ਰਹੀ ਹੈ। ਸਟੇਡੀਅਮ ਕੇ ਤਰਫ ਮੇ ਹੁਕਮ ਝੰਡੇ ਔਰ ਮਹਿਮਾਨੋ ਕੇ ਬੈਠਨੇ ਕੇ ਲੀਏ ਬੇਹਤਰੀਨ ਜਗ੍ਹਾ ਕਾ ਇੰਤਖਾਬ ਕਰ ਲਿਆ ਗਿਆ, ਕਿਉਂਕਿ ਤਮਾਮ ਅਫਸਰਾਂ ਕੀ ਡਿਊਟੀਆਂ ਲਗਾਈ ਗਈ ਹੈ। ਵੋ ਹਮਾ ਵਕਤ ਮਾਮਲਾਤ ਕੀ ਦੇਖਭਾਲ ਕਰਤੇ ਰਹੇਗੇ। ਜ਼ਹੂਲਾ ਸਟੇਡੀਅਮ ਮੇ ਹੋਨੇ ਵਾਲੇ ਵਰਲਡ ਕੱਪ ਕਬੱਡੀ ਮੈਚ ਮੇ ਹਿੱਸਾ ਲੈਣੇ ਵਾਲੇ ਖਿਲਾੜੀਓ ਔਰ ਮਹਿਮਾਨੋ ਕੋ ਬੇਹਤਰੀਨ ਸਹੂਲੀਅਤ ਮੁਯੱਸਰ ਕੀ ਜਾਏਗੀ ਔਰ ਤਮਾਮ ਅਫਸਰਾਂ ਆਪਣੀ ਆਪਣੀ ਡਿਊਟੀਆਂ ਐਸਲ ਤਰੀਕੇ ਸੇ ਸਰ ਅੰਜਾਮ ਦੇਣਗੇ। ਡੀਪੀਓ ਗੁਜਰਾਤ ਸੇ ਤੁਸੀਂ, ਫੈਦਰ ਨੇ ਸਿਕਿਉਰਟੀ ਕੇ ਹਵਾਲੇ ਸੇ ਤਮਾਮ ਤਰ ਤਿਆਰੀਓ ਕੋ ਹਤਮੀ ਸ਼ਕਲ ਦੇ ਦੀ ਹੈ। ਗਨਾਤੇ ਲਗਾ ਕਰ ਸਟੇਡੀਅਮ ਕੇ ਤਰਫ ਬੰਦ ਕਰ ਦਿਆ ਗਿਆ ਔਰ VIP ਗੇਟਸ ਹਰਦਾਰ ਤਾਰੇ ਲਗਾ ਕਰ ਬੰਦ ਕੀਏ ਜਾ ਰਹੇ ਹੈ, ਜਬਕਿ ਮਹਿਮਾਨੋ ਕੇ ਬੈਠਨੇ ਕੇ ਲੀਏ ਵੀ ਸਿਕਿਉਰਟੀ ਪਲਾਨ ਤਿਆਰ ਕੀਆ ਗਿਆ ਹੈ। ਜ਼ਿਲ੍ਹੇ ਇੰਤਜ਼ਾਮੀਆਂ ਨੇ 14 ਫਰਵਰੀ ਕੋ ਕਬੱਡੀ ਵਰਲਡ ਕੱਪ ਮੈਚ ਕੇ ਮੌਕਾ ਪਰ ਟ੍ਰੈਫਿਕ ਪਲਾਨ ਜਾਰੀ ਕਰ ਦਿਆ। ਟ੍ਰੈਫਿਕ ਪਲਾਨ ਕੇ ਮੁਤਾਬਕ ਜ਼ਹੂਲਾ ਸਟੇਡੀਅਮ, ਕਚਹਿਰੀ ਚੌਕ ਕੀ ਤਰਫ ਸੇ ਆਨੇ ਵਾਲੇ ਰਹਿਮਾਨ ਸ਼ਹੀਦ ਰੋਡ, ਸਰਵਿਸ ਮੋੜ ਸੇ ਚਨਾ ਰੋਡ, ਗਰੀਬਪੁਰਾ ਰੋਡ ਕ੍ਰਾਸਿੰਗ ਤਾ ਜੇਲ ਚੌਕ ਮੁਕੰਮਲ ਬੰਦ ਹੋਗਾ। ਕਚਹਿਰੀ ਰੋਡ, ਭਿੰਬਰ ਰੋਡ, ਹਸਨ ਚੌਕ, ਤਾਜ਼ੀਮੀਦਾਰ ਕਾਲਜ, ਜਲਾਲਪੁਰ ਜੱਟਾਂ ਰੋਡ, ਬੋਲੇ ਪੁਲ ਤੱਕ ਕਚਹਿਰੀ ਚੌਕ, ਫਤਿਹਪੁਰ ਰੋਡ, ਮਦੀਨਾ ਰੋਡ, ਜੇਲ ਰੋਡ ਮੁਕੰਮਲ ਬੰਦ ਹੋਗਾ। ਟ੍ਰੈਫਿਕ ਪਲਾਨ ਕੇ ਮੁਤਾਬਕ ਮੁਤਬਾਦਲ ਰੂਟ ਕੇ ਤੌਰ ਪਰ ਸ਼ਹਿਰੀ ਸਰਵਿਸ ਮੋੜ ਸੇ ਭਿੰਬਰ ਔਰ ਭਿੰਬਰ ਸੇ ਗੁਜਰਾਤ ਕੀ ਤਰਫ ਆਨੇ ਵਾਲੀ ਟ੍ਰੈਫਿਕ ਏ ਰੋਡ ਬਰਾਸਤਾ ਪੱਖੋਵਾਲ ਰੋਡ ਇਸਤੇਮਾਲ ਕਰੇਗੀ। ਸਰਵਿਸ ਮੋੜ ਸੇ ਜਲਾਲਪੁਰ ਜੱਟਾਂ ਜਾਣੇ ਵਾਲੇ ਔਰ ਜਲਾਲਪੁਰ ਜੱਟਾਂ ਸੇ ਆਨੇ ਵਾਲੀ ਟ੍ਰੈਫਿਕ ਮੁਤਬਾਦਲ ਕੇ ਰਾਸਤਾ ਪਰ ਪਾਕ ਫੈਨ ਜਾਂ ਥਾਣਾ ਸਦਰ ਬੋਲੇ ਚੌਕ ਇਸਤੇਮਾਲ ਕਰਤੇ ਹੋਏ ਜਲਾਲਪੁਰ ਜੱਟਾਂ ਰੋਡ ਪਰ ਸ਼ਹਿਰ ਜਾਏਗੀ ਔਰ ਆਏਗੀ। ਫਤਿਹਪੁਰ ਸੇ ਸ਼ਹਿਰ ਆਨੇ ਵਾਲੀ ਟ੍ਰੈਫਿਕ ਲਰਾਂ ਬਾਈਪਾਸ ਸੇ ਜਾਣਾ ਮੁੜਤੇ ਹੋਏ ਬਿੰਬਰ ਰੋਡ ਪਰ ਆਏਗੀ ਔਰ ਬਰਾਸਤਾ ਏਅਰਪੋਰਟ ਰੋਡ ਸਰਵਿਸ ਮੋੜ ਸੇ ਸ਼ਹਿਰ ਮੇ ਦਾਖਲ ਹੋਗੀ। ਜਿਨਾ ਰੋਡ ਬਾਮ ਕਾਮ, ਗਰੀਬਪੁਰਾ ਰੋਡ ਕ੍ਰਾਸਿੰਗ ਬੰਦ ਹੋਗਾ। ਕਚਹਿਰੀ ਰੋਡ ਬਾਮ ਕਾਮ, ਹਸਨ ਚੌਕ, ਹਰ ਕਿਸਮ ਕੀ ਟ੍ਰੈਫਿਕ ਕੇ ਲੀਏ ਬੰਦ ਹੋਗਾ। ਜ਼ਿਲ੍ਹੇ ਇੰਤਜ਼ਾਮੀਆ ਕੇ ਤਰਜਮਾਨ ਕੇ ਮੁਤਾਬਕ ਕਬੱਡੀ ਮੈਚਿਸ ਕੇ ਸ਼ਾਇਕੀਨ ਕੇ ਲੀਏ ਜ਼ਿਮੀਦਾਰ ਕਾਲਜ, ਭਿੰਬਰ ਰੋਡ ਗੁਜਰਾਤ ਔਰ ਗਵਰਨਮੈਂਟ ਕਾਲਜ ਆਫ ਕਾਮਰਸ ਨਜ਼ਦ ਬੋਲੇ ਚੌਕ ਗੁਜਰਾਤ ਮੇ ਪਾਰਕਿੰਗ ਕੇ ਲੀਏ ਜਗ੍ਹਾ ਮੁਖਤਸ ਕੀ ਗਈ ਹੈ। ਪਾਰਕਿੰਗ ਸੇ ਜ਼ਹੂਲਾ ਸਟੇਡੀਅਮ ਤੱਕ ਕੋਸਟਰ ਗਾੜੀਆਂ ਬਤੌਰ ਸ਼ਟਲ ਸਰਵਿਸ ਮੁਹੱਈਆ ਕੀ ਜਾਏਗੀ। ਸ਼ਹਿਰੀ ਕਿਸੇ ਵੀ ਕਿਸਮ ਕੀ ਮਾਮਲਤ, ਰਹਨਮਾਈ, ਟ੍ਰੈਫਿਕ ਪਲਾਨ ਔਰ ਮੁਤਬਾਦਲ ਰਾਸਤੇ ਕੇ ਲੀਏ ਜ਼ਿਲ੍ਹੇ ਇੰਤਜ਼ਾਮੀਆ ਕੀ ਹੈਲਪਲਾਈਨ 0539260010 ਪਰ ਰਾਬਤਾ ਕਰੇ। ਰਿਪੋਰਟ ਮਿਰਜ਼ਾ ਖੁਰਮ ਹੁਸੈਨ, ਵਾਇਸ ਆਫ ਗੁਜਰਾਤ।